ਚਲੰਦਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਾਮਲਾ ਇਹ ਹੈ ਕਿ ਸਬਜ਼ੀ ਵੇਚਣ ਵਾਲੇ ਨਿਹੰਗ ਸਿੰਘ ਦੇ ਕੋਲ ਇੱਕ ਮਾਦ ਲਈ ਇੱਕ ਮਹਿਲਾ ਆਈ ਅਤੇ ਉਹ ਆਪਣੇ ਘਰ ਲੈ ਗਿਆ। ਜਿਸ ਦੇ ਬਾਅਦ ਮੌਕਾ ਪਾ ਕੇ ਇਸ ਮਹਿਲਾ ਨੇ ਨਿਹੰਗ ਸਿੰਘ ਦਾ ਬੱਚਾ ਲੈ ਕੇ ਫਰਾਰ ਹੋ ਗਈ। ਜਿਸ ਦੀ ਸ਼ਿਕਾਇਤ 8 ਨੰਬਰ ਥਾਣੇ ਵਿੱਚ ਦਰਜ ਕਰਵਾਈ ਗਈ ਹੈ। ਬੱਚੇ ਨੂੰ ਅਗਵਾ ਕਰਕੇ ਲੈ ਕੇ ਜਾ ਰਹੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ਵਿੱਚ ਇਹ ਮਹਿਲਾ ਉਸ ਬੱਚੇ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਇਹਦੇ ਬਾਰੇ ਬਸ ਇਹੋ ਆ ਵੀਰ ਜੀ ਨੇ ਕਰ ਦਿੱਤੀ ਹੈ ਬੇਨਤੀ ਬਾਕੀ ਮੈਂ ਇਹੋ ਕਹਾਂਗਾ ਮੈਂ ਜ਼ਿਆਦਾ ਤਾਂ ਨਹੀਂ ਬੋਲ ਸਕਦਾ ਬਾਕੀ ਇਨਾਂ ਕ ਕਰ ਸਕਦਾ ਬੇਨਤੀ ਤੇ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੀ ਕੁ ਵੱਧ ਤੋਂ ਵੱਧ ਮਦਦ ਹੋ ਸਕੇ ਕਰੋ ਸਾਡੀ ਕਿਉਂਕਿਲੇ ਇਸ ਟਾਈਮ ਸਾਡਾ ਪਰਿਵਾਰ ਰੋ ਰੋ ਕੇ ਬੁਰਾ ਹਾਲ ਹੈ ਕੰਨ ਦਾ ਮੂੰਹ ਦੇ ਵਿੱਚ ਨਹੀਂ ਗਿਆ ਕੱਲ ਦਾ ਸਾਡੇ ਘਰਦਿਆਂ ਦੇ ਵਿੱਚ ਜੋ ਕਿ ਬਹੁਤੇ ਬੁਰਾ ਹਾਲ ਹੈ ਤੇ ਮੈਂ ਤੁਹਾਡਾ ਆਪਣਾ ਨੰਬਰ ਦੇ ਦਿੰਨਾ ਐ ਡਰੈਸ ਦੇ ਦਿੰਨਾ ਜਿੰਨੂੰ ਕਿਸੇ ਨੂੰ ਵੀ ਕੰਟੈਕਟ ਹੋਵੇ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੀ ਇਸ ਨੰਬਰ ਤੇ ਕੰਟੈਕਟ ਕਰ ਲਿਓ ਮੈਂ ਨੰਬਰ ਬੋਲਣ ਲੱਗਾ ਜੀ 8295189978 8295189978 ਸੰਤੋਖਪੁਰਾ ਹੁਸ਼ਿਆਰਪੁਰ ਰੋਡ ਆ ਕਿਸ਼ਨਪੁਰਾ ਇਲਾਕਾ ਨੀਵੀਂ ਬਾਤੀ ਤੇ ਇਹ ਬੜਾ ਠੀਕ ਆ ਹਾਂ ਠੀਕ ਆ 25 ਕਿਨੇ ਸਾਲ ਦੀ ਬਾਈ 25 6 7 ਦੇ ਵਿੱਚ ਵਿੱਚ ਆ ਜੀ 6 7 ਦੇ ਵਿੱਚ ਵਿੱਚ ਆ ਕੋਈ ਨਿਸ਼ਾਨ ਵਗੈਰਾ ਹਾਂ ਇਹ ਸਿੱਖ ਨੂੰ ਵੇਖ ਕੇ ਫਤਿਹ ਬੁલાਏਗੀ ਜ਼ਰੂਰ ਜਿਹੜਾ ਦਿਮਾਲੇ ਵਾਲਾ ਸਿੰਘ ਹੋਇਆ ਉਹਦੇ ਲਾਗੇ ਆਇਆ ਤੇ ਉਹਨੇ ਫਤਿਹ ਜ਼ਰੂਰ ਬੁલાਏਗੀ ਉਹਨੇ ਬਸ ਇਹ ਨਿਸ਼ਾਨੀ ਆ ਉਹਦੀ ਹਾਂਜੀ ਬਾਬਾ ਜੀ ਕੀ ਮਾਮਲਾ ਸਾਰਾ ਹਾਂਜੀ ਸਾਰਤ ਪਹਿਲਾ ਸਮੁੱਚੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਮਲਾ ਅੱਜ ਕੱਲ ਸਵੇਰ ਦਾ ਕੱਲ ਸਵੇਰੇ 5:30 ਵਜੇ ਦਾ ਆ ਇਹ ਸਾਡੇ ਵੀਰ ਭਾਈ ਸਾਹਿਬ ਜੀ ਆਪਣੇ ਨਿਹੰਗ ਸਿੰਘ ਜੀ ਹੈਗੇ ਆ ਔਰ ਸਬਜ਼ੀ ਵੇਚ ਕੇ ਆਪਣੀ ਕਿਰਤ ਕਰਦੇ ਆ ਤੇ ਜਦੋਂ ਇਹ ਆਪਣੇ ਜਾ ਰਹੇ ਸੀ ਸਬਜ਼ੀ ਮੰਡੀ ਇਹਨਾਂ ਨੂੰ ਆ ਜਿਹੜੀ ਲੇਡੀ ਜਿਹਦੀ ਮੈਂ ਫੋਟੋ ਫੜੀ ਹੋਈ ਆ ਇਹ ਲੇਡੀ ਰਸਤੇ ਵਿੱਚ ਮਿਲਦੀ ਆ ਜਿਹਦੇ ਕਿ ਕਪੜੇ ਭিজে ਹੋਏ ਸੀ ਔਰ ਕਾਫੀ ਉਹੋ ਜੀ ਅਵਸਥਾ ਵਿੱਚ ਸੀਗੀ ਵੀ ਜਿਹੜਾ ਮਤਲਬ ਕਿ ਤਰਸੇ ਹੋਏ ਕੋ ਅਵਸਥਾ ਵਿੱਚ ਸੀਗੀ ਤੇ ਉਹਨਾਂ ਦੋ ਮੁੰਡੇ ਜਿਹੜੇ ਸੀਗੇ ਛੇੜਖਾਂਦੀ ਕਰਦੇ ਸੀਗੇ ਐਜ਼ ਅ ਸਿੱਖ ਹੁੰਡੇ ਨਾਤੇ ਇਹਨਾਂ ਨੇ ਆਪਣਾ ਧਰਮ ਨਵਾਇਆ ਉਸ ਲੜਕੀ ਨੂੰ ਉਹਨਾਂ ਲੜਕਿਆਂ ਦੇ ਪਾਸੋਂ ਛਡਵਾਇਆ ਜਿਹਦੇ ਵਿੱਚ ਕਿ ਇਹਨਾਂ ਦੀ ਮਤਲਬ ਕਿ ਆਪਸ ਵਿੱਚ ਤੂੰ ਤੂੰ ਮੈਮਾ ਔਰ ਹੱਥੋ ਪਾਈ ਵੀ ਹੋਈ ਆ। ਉਸ ਤੋਂ ਬਾਅਦ ਇਹਨਾਂ ਨੇ ਉਸ ਲੇਡੀ ਨੂੰ ਆਪਣੇ ਘਰੇ ਖੜਿਆ ਘਰੇ ਲਿਆ ਕੇ ਉਹਨੂੰ ਰੋਟੀ ਪਾਣੀ ਛਕਾਇਆ ਉਹਦੇ ਕੱਪੜੇ ਇਹਨਾਂ ਦੀ ਵਾਈਫ ਨੇ ਮਤਲਬ ਕਿ ਆਪਣੇ ਕੱਪੜੇ ਦੇ ਕੇ ਤੇ ਉਹਦੇ ਕੱਪੜੇ ਬਦਲਾਏ। ਪਰ ਹੋਇਆ ਕਿ ਇਹ ਭਾਈ ਸਾਹਿਬ ਜੀ ਜਦੋਂ ਕਿਰਤ ਕਰਨ ਵਾਸਤੇ ਗਏ ਹੋਏ ਸੀਗੇ ਤੇ ਇਹਨਾਂ ਨੂੰ 1.5 ਵਜੇ ਦੇ ਕਰੀਬ ਫੋਨ ਆਂਦਾ ਕਿ ਉਹ ਲੇਡੀ ਇਹਨਾਂ ਦੀ ਬੱਚੀ ਨੂੰ ਲੈ ਕੇ ਫਰਾਰ ਹੋ ਚੁੱਕੀ ਆ। ਸੋ ਆ ਉਸ ਬੱਚੀ ਦੀ ਫੋਟੋ ਆ। ਜਿੰਨੇ ਵੀ ਟੀਵੀ ਤੇ ਇਸ ਚੈਨਲ ਨੂੰ ਦੇਖਦੇ ਪਏ ਆ। ਮੇਰੀ ਬੇਨਤੀ ਆ ਵੀ ਇਹ ਫੋਟੋ ਨੂੰ ਦੇਖ ਕੇ ਉਹ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਵੀ ਕਿੱਥੋਂ ਕਦੇ ਜੇ ਕਿਸੇ ਨੇ ਦੇਖਿਆ ਆ ਜਾਂ ਕਿਸੇ ਨੂੰ ਪਤਾ ਆ ਜਾਂ ਆ ਜਿਹੜੀ ਲੇਡੀ ਆ ਜਾਂ ਇਹ ਸ਼ਹਿਰ ਵਿੱਚ ਕਿਤੇ ਘੁੰਮਦੀ ਫਿਰਦੀ ਨਜ਼ਰ ਆ ਰਹੀ ਆ ਤੇ ਕਿਰਪਾ ਕਰਕੇ ਵੀਰ ਹੋਣੀ ਸਾਨੂੰ ਆਪਣਾ ਨੰਬਰ ਦੱਸਣਗੇ ਉਹਨਾਂ ਦੇ ਕੰਟੈਕਟ ਕਰਕੇ ਸਾਨੂੰ ਕੰਟੈਕਟ ਕਰੋ ਤਾਂ ਜੋ ਅਸੀਂ ਇਸ ਬੱਚੀ ਨੂੰ ਇਹਨਾਂ ਦੇ ਕੋਲ ਪਹੁੰਚਾਈਏ ਇਸ ਮੌਕੇ ਤੇ ਜਾਣਕਾਰੀ ਜੰਦਿਆਂ ਥਾਣਾ ਮੁਖੀ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਜੋਲ ਸਿੰਘ ਦੇ ਕੋਲ ਇੱਕ ਮਹਿਲਾ ਸਵੇਰ ਦੇ ਸਮੇਂ ਆਈ ਅਤੇ ਕਹਿਣ ਲੱਗੀ ਕਿ ਕੁਝ ਲੋਕ ਮੈਨੂੰ ਪਰੇਸ਼ਾਨ ਕਰ ਰਹੇ ਹਨ ਜਿਸ ਤੋਂ ਬਾਅਦ ਉਹ ਉਸ ਨੂੰ ਆਪਣੇ ਘਰ ਲੈ ਗਿਆ ਦੁਪਹਿਰ ਦੇ ਬਾਅਦ ਉਹ ਉਸ ਦੀ ਲੜਕੀ ਨੂੰ ਲੈ ਕੇ ਫਰਾਰ ਹੋ ਗਈ ਉਨਾ ਬਲ ਸਾਰੇ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਵੱਖ-ਵੱਖ ਥਾਵਾਂ ਤੇ ਫੋਟੋ ਸਰਕੂਲੇਟ ਕੀਤੀ ਗਈ ਹੈ ਤਾਂ ਕਿ ਜਲ ਤੋਂ ਜਲਦ ਇਸ ਮਹਿਲਾ ਨੂੰ ਫੜਿਆ ਜਾਵੇ। ਕੱਲ ਇੱਕ 6-7 ਸਾਲ ਦੀ ਬੱਚੀ ਹੈ ਸੰਤੋਖਪੁਰੇ ਰਹਿੰਦੀ ਹੈ ਇਹਦੇ ਫਾਦਰ ਦਾ ਨਾਮ ਜੋਤ ਸਿੰਘ ਹੈ। ਜੋਤ ਸਿੰਘ ਨੂੰ ਸਵੇਰ ਦੇ ਟਾਈਮ ਕੋਈ 5:30-6 ਵਜੇ ਗ라이ਵੇਂ ਮੰਡੀ ਜੇ ਕੰਮ ਕਰਦਾ ਹੈ ਸਬਜ਼ੀ ਮੰਡੀ ਦਾ। ਇਹ ਸਬਜ਼ੀਆਂ ਇਥੋਂ ਫੋਕਲ ਪੁਆਇੰਟ ਸੀਗਾ ਪਹਿਲਾਂ ਫਿਰ ਕੋਕੜ ਮਾਰ ਤੋਂ ਮਕਸੂਦਾਂ ਚਲਾ ਗਿਆ ਮਕਸੂਦਾਂ ਜਾ ਕੇ ਉੱਥੇ ਇਦੇ ਨਾਲ ਜਿਹੜੀ ਆ ਜਿਹੜੀ ਲੇਡੀ ਸੀ ਕੀ ਪਹਿਲਾਂ ਕਹਿੰਦੇ ਸੀ ਇਹਨੂੰ ਕੋਈ ਧਮਕਣ ਕਰਦੇ ਪਏ ਇੱਥੇ ਇਹ ਨਾਲ ਲੈ ਕੇ ਚਲਾ ਗਿਆ ਨਾਲ ਦੀ ਆਣ ਤੋਂ ਬਾਅਦ ਇਹ ਉਹਨੂੰ ਆਪਣੇ ਘਰ ਲੈ ਗਿਆ ਮਤਲਬ ਇਹ 12 1 ਵਜੇ ਤੱਕ ਉਹਦੇ ਘਰ ਹੀ ਰਹੀ ਹੈ ਫਿਰ 12 1 ਵਜੇ ਤੋਂ ਬਾਅਦ ਮੁੜ ਕੇ ਇਹਦੀ ਲੜਕੀ ਜਿਹੜੀ ਮਿਸਿੰਗ ਹੋ ਗਈ ਉਹ ਲੇਡੀ ਵੀ ਮਿਸ ਹੋ ਗਈ ਹੁਣ ਜੀ ਉਹ ਉਹਨੂੰ ਲੇਡੀ ਨੂੰ ਅਸੀਂ ਟਰੇਸ ਕਰਦੇ ਪਏ ਆ ਤਾਂ ਕਿ ਬੱਚੀ ਨੂੰ ਵੀ ਟਰੇਸ ਕੀਤਾ ਜਾ ਸਕੇ ਇਹਦੇ ਸਬੰਧ ਵਿੱਚ ਅਸੀਂ ਜਿਹੜੇ ਰੇਲਵੇ ਸਟੇਸ਼ਨ ਵਗੈਰਾ ਬੱਸ ਸਟੈਂਡ ਸਾਰੇ ਪਾਸੇ ਚੈੱਕ ਕੀਤਾ ਤੇ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆ ਵੀ ਇਹ ਇੱਕ 6-7 ਸਾਲ ਦੀ ਬੱਚੀ ਆ ਬਾਕੀ ਅਸੀਂ ਫੋਟੋ ਵੀ ਸਰਕੂਲੇਟ ਕੀਤੀਆਂ ਸਾਰਿਆਂ ਨੂੰ ਵੀ ਇਹ ਲੇਡੀ ਜਿਹੜੀ ਜੇ ਕੋਈ ਐਜੀ ਲੇਡੀ ਮਿਲਦੀ ਆ ਤਾਂ ਉਹਦੇ ਸਬੰਧ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤੇ ਇਹਦੇ ਨਾਲ ਹੀ ਦੂਸਰੀ ਅਪੀਲ ਇਹ ਹੀ ਹੈ ਵੀ ਜਿਹੜੇ ਸਟ੍ਰੇਂਜਰ ਬੰਦੇ ਆ ਜਿਹੜੇ ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਨਹੀਂ ਉਹਨਾਂ ਨੂੰ ਘਰ ਨਾ ਲੈ ਕੇ ਜਾਓ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਤਾਂ ਪ੍ਰੋਬਲਮ ਉਹਨਾਂ ਨੂੰ ਪੁਲਿਸ ਤੋਂ ਸੋਲਵ ਕਰਨ ਵਾਲੀ ਹੈ ਤਾਂ ਅਸੀਂ ਸੋਲਵ ਕਰਨ ਨੂੰ ਬੈਠਾ ਇੱਥੇ ਸਾਨੂੰ ਦੱਸੋ ਤੇ ਇਹੀ ਹੈ ਵੀ ਇਹਦੇ ਬਾਰੇ ਜਿੰਨੀ ਜਲਦੀ ਤੋਂ ਜਲਦੀ ਇਨਫੋਰਮੇਸ਼ਨ ਹੈ ਵੀ ਆ ਜੇ ਕਿਸੇ ਨੂੰ ਹੋਏਗੀ ਤਾਂ ਸਾਨੂੰ ਸ਼ੇਅਰ ਕਰੀਂ